ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਤੋਂ ਪਹਿਲ ਇੱਕ ਵਾਰੀ ਨਜ਼ਰ ਮਾਰ ਲੈਨੇ ਆ ਜੀ ਚੌਣਵੀਂਆਂ ਖਬਰਾਂ ਤੇ ਪਹਿਲੀ ਚੌਣਵੀਂ ਖਬਰ ਹੈ ਕਿ ਅਧਿਆਪਕਾਂ ਦੇ ਹੱਕ ਵਿੱਚ ਆਪ ਪਾਰਟੀ ਕੀਤਾ ਵੱਡਾ ਐਲਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਫਵਾਹ ਤੇ ਬੋਲੇ ਕਵਰ ਵਿਜੇ ਪ੍ਰਤਾਪ ਸਿੰਘ ਕਿਹਾ ਖੁਦ ਮੀਡੀਆ ਦੇ ਸਾਹਮਣੇ ਪੇਸ਼ ਹੋ ਕੇ ਦੱਸਾਂਗਾ ਪੰਜਾਬ ਦੇ ਵਿਕਾਸ ਲਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਨੂੰ ਵੀ ਤਿਆਰ ਹਾਂ ਸਿੱਧੂ ਪਿੰਡਾਂ ਦੀ ਮਹਾਪੰਚਾਇਤਾਂ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਆਲਟੀਮੇਟਮ ਇੱਕ ਤਰਫਾ ਰਸਤਾ ਨਾ ਖੋਲਿਆ ਤਾਂ ਵੱਡਾ ਖਤਰਾ ਦੁਬਈ ਨੇ ਯਾਤਰਾ ਪਾਬੰਦੀਆਂ 'ਚ ਦਿੱਤੀ ਟੈਲ ਹੁਣ ਪਾਤਸਣੇ ਨਿਰਦੇਸ਼ਾਂ ਦੇ ਲੋਕ ਕਰ ਸਕਣਗੇ ਸਫ਼ਰ ਤੋਂਮਰ ਖਿਲਾਫ ਫੁੱਟਿਆ ਕਿਸਾਨਾਂ ਦਾ ਗੁੱਸਾ ਹਰਿਆਣਾ 'ਚ 28 ਤੱਕ ਵਧਾਇਆ ਲਾਕਡਾਊਨ ਕਈ ਪਾਬੰਦੀਆਂ 'ਚ ਸ਼ੋਟ ਪਾਤ ਵਿੱਚ 24 ਘੰਟਿਆਂ ਵਿੱਚ ਮਿਲੇ ਕਰੋਨਾ ਦੇ 58419 ਨਵੇਂ ਕੇਸ ਕੋੜਕਪੂਰਾ ਗੋਲੀਕਾਨ 22 ਜੂਨ ਨੂੰ ਐਸ ਆਈਟੀ ਸਾਹਮਣੇ ਪੇਸ਼ ਹੋਣਗੇ ਵੱਡੇ ਬਾਦਲ ਪੰਜਾਬ ਸਕੂਲੀਆ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ 6 ਤੋਂ 8 ਹਫ਼ਤੇ 'ਚ ਆ ਸਕਦੀ ਹੈ ਤੀਸਰੀ ਲਹਿਰ ਕੈਨੇਡਾ 'ਚ ਪੰਜਾਬੀਆਂ ਦਾ ਰਾਜ ਅਨਟੋਰੀਓ ਵਿੱਚ ਤਿੰਨ ਹੋਰ ਪੰਜਾਬੀ ਬਣੇ ਕੈਬਨਟ ਮੰਤਰੀ ਪਾਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ ਤਾਂ ਦੋਸਤੋ ਇਹਦੀਆਂ ਆਪਣੀਆਂ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਾਂਗੇ ਜਿੰਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿੰਨਾਂ ਦੋਸਤਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਜ਼ਰੂਰ ਕਰ ਲੈਣ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਲੇ ਤਾਂ ਜੋ ਜਿਹੜੀਆਂ ਅਸੀਂ ਖਬਰਾਂ ਪਾਇਆ ਕਰਾਂਗੇ ਉਸੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੂਗੀ ਤੇ ਨਾਲ ਹੀ ਜੇ ਸਾਡੇ ਦੁਆਰਾ ਦਿੱਤੀ ਜਾਣ ਕਰੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਤੇ ਹੁਣ ਗੱਲਬਾਤ ਕਰਦੇ ਆਂ ਜੀ ਪਹਿਲੀ ਵੱਡੀ ਖਬਰ ਦੀ ਅਧਿਅਪਕਾ ਦੇ ਹੱਕ ਵਿੱਚ ਆਈ ਆ ਪਾਰਟੀ ਕੀਤਾ ਇਹ ਵੱਡਾ ਐਲਾਨ ਆਪਣੇ ਹੱਕਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਹੱਕ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਨ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤੇਹਰ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਕੋਲ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਜਿਸ ਕਰ ਨੌਜਵਾਨ ਵਰਗ ਵਿੱਚ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਟਟ ਪਾਸ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਰਹਾਸ ਦੇ ਬਾਅਦ ਪਟਿਆਲਾ ਤਿੱਖੀ ਧਰਨੇ ਉੱਤੇ ਬੈਠੇ ਨੇ ਇਸ ਤੋਂ ਬਾਅਦ ਹੁਣ ਕੁਝ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਤੇ ਉਹਨਾਂ ਕਿਹਾ ਕਿ ਵਾਰ-ਵਾਰ ਸਰਕਾਰ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਦੇ ਵਾਅਦੇ ਕਰਕੇ ਆਪਣੇ ਵਾਅਦੇ ਤੋਂ ਮੁਕਰਨ ਕਰਨ ਬੇਰੁਜ਼ਗਾਰ ਅਧਿਆਪਕਾਂ ਵਰਗ ਗੁੱਸੇ ਵਿੱਚ ਤੇ ਹੇਰ ਨੇ ਦੱਸਿਆ ਕਿ ਅਧਿਆਪਕਾਂ ਦੇ ਇਸ ਮੁੱਦੇ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ 22 ਜੂਨ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘ ਲਈ ਸੰਗਰੋਸ਼ ਤੇ ਰਹਾਸ਼ਦਾ ਘਰਾਵ ਕਰੇਗੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਫਵਾਹ ਤੇ ਬੋਲੇ ਕਵਰ ਵਿਜੇ ਪ੍ਰਤਾਪ ਸਿੰਘ ਕਿਹਾ ਖੁਦ ਮੀਡੀਆ ਸਾਹਮਣੇ ਪੇਸ਼ ਹੋ ਕੇ ਦੱਸਾਂਗਾ ਰਾਜਨੀਤਿਕ ਗਲਿਆਰਾਂ ਵਿੱਚ ਫੈਲੀ ਖਬਰ ਕਿ ਸਾਬਕਾ ਆਈਜੀ ਕਮਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸੰਬੰਧੀ ਕੱਲ ਅੰਮ੍ਰਿਤਸਰ ਵਿਖੇ ਕਵਨ ਵਿਜੇ ਪ੍ਰਤਾਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅਜੇ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਜੇਕਰ ਜਦੋਂ ਵੀ ਉਹਨਾਂ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ ਹੋਵੇਗਾ ਉਹ ਖੁੱਲ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ 23 ਸਾਲ ਦੀ ਨੌਕਰੀ ਦੌਰਾਨ ਬਰਗਾੜੀ ਕਾਂਡ ਸਬਤ ਵੱਡੀ ਇਨਵੈਸਟੀਗੇਸ਼ਨ ਸੀ ਜਿਸ ਦੇ ਜਸਤੇ ਉਹਨਾਂ ਇੰਨਾ ਲੰਮਾ ਸਮਾਂ ਕੰਮ ਕੀਤਾ ਪਰ ਸੱਚ ਸਾਰਿਆਂ ਦੇ ਸਾਹਮਣੇ ਹੈ ਕਿ ਉਹਨਾਂ ਦੀ ਰਿਪੋਰਟ ਨੂੰ ਦਰ किनार ਕਰਕੇ ਫੈਸਲੇ ਕੀਤੇ ਜਾ ਰਹੇ ਨੇ ਰਿਪੋਰਟ ਫਰੀਦਕੋਟ ਵਿੱਚ ਪਈ ਹੈ ਤੇ ਅਤੇ ਇਹ ਫੈਸਲਾ ਚੰਡੀਗੜ੍ਹ ਕੋਰਟ ਕਰ ਰਹੀ ਹੈ ਜੋ ਕਿ ਕਾਨੂੰਨੀ ਐਕਸਪਰਟਾਂ ਮੁਤਾਬਕ ਅਸਵਿਧਾਨਿਕ ਮਸਲਾ ਹੈ ਪੰਜਾਬ ਦੇ ਵਿਕਾਸ ਲਈ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਬਣਨ ਨੂੰ ਵੀ ਤਿਆਰ ਹਾਂ ਸਿੱਧੂ ਜੀ ਹਾਂ ਦੋਸਤੋ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਹ ਕਿਸੇ ਅਹੁਦੇ ਦੇ ਪਿੱਛੇ ਨਹੀਂ ਭਾਜਦੇ ਪਰ ਕੋਈ ਦਿਖਾਵੇ ਵਾਲੀ ਚੀਜ਼ ਵੀ ਨਹੀਂ ਹਨ ਜਿਸ ਨੂੰ ਚੋਣ ਪ੍ਰਚਾਰ ਲਈ ਕੱਢਿਆ ਤੇ ਚੋਣਾਂ ਜਿੱਤਣ ਤੋਂ ਬਾਅਦ ਫਿਰ ਅਲਮਾਰੀ ਵਿੱਚ ਰੱਖ ਦਿੱਤਾ ਜਾਵੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿਕਾਸ ਲਈ ਉਹਨਾਂ ਦੇ এজੰਡੇ ਦਾ ਪਾਲਣ ਕੀਤਾ ਜਾਂਦਾ ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਨ ਨੂੰ ਤਿਆਰ ਨੇਤਾ ਫਿਰ ਉਹ ਉਪ ਮੁੱਖ ਮੰਤਰੀ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਤਾਂ ਗੱਲ ਹੀ ਬੜੀ ਦੂਰ ਹੈ ਸਿੱਧੂ ਨੇ ਕਿਹਾ ਕਿ ਉਹਨਾਂ ਉਹਨਾਂ ਕੈਬਨਟ ਦੀ ਪਹਿਲੀ ਮੀਟਿੰਗ ਵਿੱਚ ਹੀ ਸੂਬੇ ਨੂੰ ਚਲਾਉਣ ਵਾਲੇ ਸਿਸਟਮ ਖਿਲਾਫ ਆਪਣੀ ਲੜਾਈ ਸ਼ੁਰੂ ਕਰ ਦਿੱਤੀ ਸੀ ਇਸ ਸਿਸਟਮ ਹੈ ਚਲਾਕੀ ਨਾਲ ਅਤੇ ਹਿਰਾਫੇਰੀ ਕਰਕੇ ਦੋ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਤਿਆਰ ਕੀਤਾ ਹੈ ਤੇ ਇਹੀ ਲੋਕ ਹੈ ਸਿਸਟਮ ਨੂੰ ਚਲਾ ਰਹੇ ਨੇ ਉਹਨਾਂ ਨੇ ਵਿਧਾਇਕਾਂ ਨੂੰ ਬਦਨਾਮ ਕੀਤੇ ਵਿਧਾਇਕ ਹਮੇਸ਼ਾ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਨੇ ਤਾਂ ਲੋਕ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੋਟ ਪਾ ਕੇ ਚੁੰਦੇ ਨੇ ਪਰ ਉਹ ਕਿਸੇ ਵੀ ਅਫਸਰ ਨੂੰ ਵੋਟ ਪਾ ਕੇ ਨਹੀਂ ਚੁੰਦੇ ਪਰ ਜਦੋਂ ਤੁਸੀਂ ਵਿਵਸਥਾ ਨੂੰ ਇੱਕ ਅਧਿਕਾਰੀ ਦੇ ਪ੍ਰਤੀ ਜਵਾਬਦੇਹ ਬਣਾਉਂਦੇ ਹੋ ਤਾਂ ਤੁਸੀਂ ਵਿਧਾਇਕਾਂ ਨੂੰ ਹੀਠਾਂ ਘੜ ਦਿੰਦੇ ਹੋ ਪਿੰਡਾਂ ਦੀ ਮਹਾਪੰਚਾਇਤ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਆਲਟੀਮੇਟਮ ਇੱਕ ਤਰਫਾ ਰਸਤਾ ਨਾ ਖੋਲ੍ਹਿਆ ਤਾਂ ਹੋਵੇਗੀ ਵੱਡੀ ਮਹਾਪੰਚਾਇਤ ਸਿਗੂ ਬਾਰਡਰ ਤੇ ਪਿੰਡ ਵਾਸੀਆਂ ਵੱਲੋਂ ਕੱਲ੍ਹ ਰੱਖੀ ਮਹਾਪੰਚਾਇਤ ਹੁਣ ਖਤਮ ਹੋ ਗਿਆ ਇਸ ਮਹਾਪੰਚਾਇਤ ਵਿੱਚ ਅੰਦੋਲਨਕਾਰੀ ਕਿਸਾਨਾਂ ਨੂੰ ਇੱਕ ਪਾਸੇ ਦਾ ਰਸਤਾ ਖੋਲਣ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਇਹ ਆਲਟੀਮੇਟਮ ਸੰਜੁਕਤ ਕਿਸਾਨ ਮੋਰਚੇ ਨੂੰ ਦਿੱਤਾ ਗਿਆ ਮਹਾਪੰਚਾਇਤ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇੱਕ ਤਰਫਾ ਰਸਤਾ ਨਾ ਖੋਲਿਆ ਗਿਆ ਤਾਂ ਇਸ ਤੋਂ ਵੱਡੀ ਮਹਾਪੰਚਾਇਤ ਹੋਵੇਗੀ ਜਿਸ ਵਿੱਚ ਕੁਝ ਸਖਤ ਫੈਸਲੇ ਵੀ ਲਏ ਜਾ ਸਕਦੇ ਨੇ ਇਸੇ ਮਹਾਪੰਚਾਇਤ ਦਾ ਇੱਕ ਵਫਦ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਮਿਲੇਗਾ ਤੇ ਰਸਤਾ ਖੋਲਣ ਦੀ ਮੰਗ ਕਰੇਗਾ ਅਗਲੀ ਮਹਾਪੰਚਾਇਤ ਦਿੱਲੀ ਵਿੱਚ ਹੋਵੇਗੀ ਜਿਸ ਵਿੱਚ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਦੇ ਲੋਕ ਸ਼ਾਮਲ ਹੋਣਗੇ ਸੋਨੀਪੱਤਨ ਲੱਗਦੇ ਸਿੰਘੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਪਰ ਜਿਸ ਜਗ੍ਹਾ ਅੰਦੋਲਨ ਚੱਲ ਰਿਹਾ ਹੈ ਦੇ ਪਿੰਡ ਵਾਸੀਆਂ ਨੇ ਇੱਕ ਪਾਸੇ ਰਸਤਾ ਖੋਲਣ ਦੀ ਮੰਗ ਕੀਤੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਇੱਕ ਰਸਤਾ ਖੋਲਿਆ ਜਿਹੜਾ ਚਾਹੀਦਾ ਤਿੰਨੇ ਖੇਤੀ ਕਰੂਨਾ ਖਿਲਾਫ ਕਿਸਾਨ ਪਿਛਲੇ 7 ਮਹੀਨੇ ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਤੇ ਬੈਠੇ ਹੋਏ ਨੇ ਦੁਬਈ ਨੇ ਯਾਤਰਾ ਪਾਬੰਦੀ ਜਿੱਤੀ ਟੈਲ ਹੁਣ ਬਾਤ ਸੁਣੇ ਇਹਨਾਂ ਦੇਸ਼ਾਂ ਦੇ ਲੋਕ ਕਰ ਸਕਣਗੇ ਸਫ਼ਰ ਜੀਹਾਂ ਦੋਸਤੋ ਕੁਝ ਖ਼ਬਰੀ ਦੀ ਗੱਲ ਹੈ ਕਿ ਦੁਬਈ ਨੇ ਪਾਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਵਿੱਚ ਢੈਲ ਦੇ ਦਿੱਤੀ ਹੈ ਹਾਲਾਂਕਿ ਜੇ ਇਹ ਸਾਰੇ ਲੋਕ ਲਈ ਲੋਕਲੀ ਯੂਏਈ ਦੁਆਰਾ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਲਾਜ਼ਮੀ ਹੈ ਦਸਲ ਦੁਬਈ ਵਿੱਚ ਸੰਕਟ ਅਤੇ ਆਫ਼ਤ ਪ੍ਰਬੰਧਨ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ ਨਾਈਜੀਰੀਆ ਅਤੇ ਪਾਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿੱਚ ਦੁਬਈ ਦੇ ਟਰੈਵਲ ਪ੍ਰੋਟੋਕੋਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ ਇਸ ਕਮੇਟੀ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਦੀ ਮਕਤੂਬ ਨੇ ਕੀਤੀ ਇਸ ਨਵੇਂ ਨਿਯਮ ਦੇ ਤਹਿਤ ਭਾਰਤ ਨਾਈਜੀਰੀਆ ਅਤੇ ਦੱਖਣੀ ਅਫਰੀਕਾ ਦੇ ਯਾਤਰੀ ਸਫ਼ਰ ਕਰ ਸਕਣਗੇ ਜਿਨ੍ਹਾਂ ਕੋਲ ਰੈਜ਼ੀਡੈਂਟ ਵੀਜ਼ਾ ਹੋਵੇਗਾ। ਤੂਮਰ ਖਿਲਾਫ ਫਟਿਆ ਕਿਸਾਨਾਂ ਦਾ ਗੁੱਸਾ ਜੀਹਾਂ ਦੋਸਤੋ ਕੇਂਦਰੀ ਖੇਤੀਬਾੜੀ ਮੰਤਰੀ ਨਿੰਦਰ ਸਿੰਘ ਤੂਮਰ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਬਿਆਨਬਾਜ਼ੀ ਖਿਲਾਫ ਲੋਕ ਰੋ ਵਾਦਾ ਦਿਖਾਈ ਦੇ ਰਿਹਾ ਕਿਸਾਨਾਂ ਨੇ ਕੱਲ ਕੇਂਦਰੀ ਮੰਤਰੀ ਦੀ ਅਰਥੀ ਵੀ ਫੂਕੀਅਤੀ ਉਹਨਾਂ ਵੱਲੋਂ ਬੀਤੇ ਦਿਨਾਂ ਵਿੱਚ ਦਿੱਤੇ ਬਿਆਨਾਂ ਦੀ ਜ਼ੋਰਦਾਰ ਨਖੇਦੀ ਵੀ ਕੀਤੀ ਕਿਸਾਨਾਂ ਨੇ ਆਪਣੇ ਉਸ ਪ੍ਰਦਰਸ਼ਨ ਵਿੱਚ ਪੈਟਰੋਲ ਡੀਜ਼ਲ ਦੀਆਂ ਅੰਬਰੀ ਸ਼ੂੰਦੀਆਂ ਕੀਮਤਾਂ ਤੇ ਕੇਂਦਰ ਸਰਕਾਰ ਦੀ ਕੜੀ ਨਿੰਦਾ ਕੀਤੀ ਅਤੇ ਉੱਡਣਾ ਸਿੱਖ ਦੇ ਨਾਂ ਨਾਲ ਮਸ਼ਹੂਰ ਮਰਹੂਮ ਦੋੜਾਕ ਮਿਲਖਾ ਸਿੰਘ ਨੂੰ ਵੀ ਸਰਧਾਂਜਲੀ ਦਿੱਤੀ ਕਿਸਾਨਾਂ ਨੇ ਕਿਹਾ ਕਿ ਤੋਮਰ ਦਾ ਕਹਿਣਾ ਹੈ ਕਿ ਕਿਸਾਨ ਕਾਨੂੰਨ ਰੱਦ ਕਰਵਾਉਣ ਤੋਂ ਇਲਾਵਾ ਕੋਈ ਹੋਰ ਬਦਲ ਲੈ ਕੇ ਆਉਣ ਤਾਂ ਹੀ ਗੱਲਬਾਤ ਸ਼ੁਰੂ ਹੋ ਸਕਦੀ ਹੈ ਤੇ ਇਸ ਬੇਰੁਖੀ ਵਾਲਾ ਰਵਈਆ ਗੈਰ ਲੋਕਤੰਤਰੀ ਕਿਸਾਨ ਦਾ ਕਹਿਣਾ ਹੈ ਕਿ ਆਮਦਨ ਦੁੱਗਣੀ ਕਰਨ ਦਾ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਫਰਵਰੀ 2016 ਨੂੰ ਬੇਰਲੀ ਵਿੱਚ ਆਪਣੇ ਭਾਸ਼ਣ ਵਿੱਚ ਕੀਤਾ ਸੀ ਉਹਨਾਂ ਇਹ ਵਾਅਦਾ ਕਰਨ ਸਮੇਂ ਖੇਤੀਬਾੜੀ ਨਾਲ ਸੰਬੰਧ ਕਿਸੇ ਨਵੇਂ ਕਾਨੂੰਨ ਦੀ ਕੋਈ ਸ਼ਰਤ ਨਹੀਂ ਰੱਖੀ ਸੀ ਕਿਸਾਨੇ ਤਾਂ ਹਰਿੰਦਰ ਸਿੰਘ ਲਖੋਵਾਲ ਮਕੇਸ਼ ਚੰਦਰ ਮਿੰਦਰ ਸਿੰਘ ਅਤੇ ਜਗਮਨ ਸਿੰਘ ਪਟਿਆਲਾ ਨੇ ਕਿਹਾ ਕਿ ਜਦੋਂ ਲੋਕ ਸਭਾ ਵਿੱਚ ਕਿਸਾਨਾਂ ਦੀ ਆਮਦਨ ਦੇ ਅੰਕੜਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਰਕਾਰ ਕੋਲ ਅਜਿਹੇ ਅੰਕੜੇ ਹੀ ਨਹੀਂ ਨੇ ਕਿਸਾਨ ਆਗੂ ਨੇ ਕਿਹਾ ਕਿ ਜੇ ਇਹ ਕਾਨੂੰਨ ਤੁਰੰਤ ਲਾਗੂ ਵੀ ਕਰ ਦਿੱਤੇ ਜਾਂਦਾ 6 ਸਾਲਾਂ ਵਿੱਚ ਰਹੀਂ ਦੇ ਇੱਕ ਸਾਲ ਵਿੱਚ ਪ੍ਰਾਈਵੇਟ ਮੰਡੀ ਕਿਸਾਨਾਂ ਦੀ ਆਮਦਨ ਵਿੱਚ 75% ਦਾ ਵਾਧਾ ਵਾਧਾ ਕਰ ਦੇਣਗੀਆਂ ਉਹਨੇ ਵੀ ਕਿਹਾ ਕਿ ਦਰਮਿਆਨੀਆਂ ਤੇ ਛੋਟੇ ਕਿਸਾਨ ਆਪਣੇ ਵੱਲੋਂ ਸਰ ਖੜੇ ਕਰਜ਼ੇ ਨੂੰ ਮੋੜਨ ਬਾਰੇ ਤਾਂ ਕੀ ਸੋਚਣਾ ਉਹ ਤਾਂ ਇਸ ਕਰਜ਼ੇ ਉੱਪਰ ਲਾ ਵਿਆਜ ਦੇਣ ਦੀ ਹਾਲਾਤ ਵਿੱਚ ਵੀ ਨਹੀਂ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਦੋ ਡੰਗਾਂ ਨੀ ਰੋਟੀ ਦੇ ਚੁੱਲਾ ਬਦਲ ਚੁੱਲਾ ਬਲਦਾ ਰੱਖਣ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ ਹਰਿਆਣਾ ਚ 28 ਤਰੀਕ ਤੱਕ ਵਧਾਇਆ ਗਿਆ ਲਾਕਡਾਊਨ ਕਈ پابੰਦੀਆਂ ਚ ਛੋਟ ਜੀ ਹਾਂ ਦੋਸਤੋ ਹਰਿਆਣਾ ਸਰਕਾਰ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੋਰਚੇ ਨਹੀਂ ਹੈ ਹਰਿਆਣਾ ਸਰਕਾਰ ਨੇ ਮਹਾਮਾਰੀ ਅਲਰਟ ਸੁਰੱਖਿਆ ਹੱਤ ਹਰਿਆਣਾ ਦੇ ਧਰਨੇ ਅੱਗੇ ਵਧਾਇਆ ਲਾਕਡਾਊਨ 28 ਜੂਨ ਦੀ ਸਵੇਰ 5 ਵਜੇ ਤੱਕ ਵਧਾ ਦਿੱਤਾ ਹੈ ਸੂਬਾ ਸਰਕਾਰ ਨੇ ਲਾਕਡਾਊਨ ਵਧਾਉਣ ਦੇ ਨਾਲ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਨੇ ਸੂਬੇ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੋਲੀਆਂ ਜਾ ਸਕਦੀਆਂ ਨੇ ਸਰਕਾਰ ਨੇ ਜੈਮ ਅਤੇ ਖੇਡ ਸਟੇਡੀਅਮ ਦਿੱਤੇ ਨੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਸਿਹਤ ਮੰਤਰੀ ਅਨਲ ਵਿਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਥੋੜੀ ਜਹੀ ਵੀ ਢਿੱਲ ਪੂਰੇ ਸੂਬੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਤੇ ਮੁੱਖ ਸਖਤਰ ਵਿਜੇਵਰਦਨ ਨੇ ਕਾਲਾ ਲੋਕਡਾਊਨ ਬਦੌਨ ਸੰਬੰਧੀ ਆਦੇਸ਼ ਜਾਰੀ ਕੀਤੇ ਤੇ ਸੂਬੇ ਵਿੱਚ 21 ਜੂਨ ਦੀ ਸਵੇਰ 5 ਵਜੇ ਤੱਕ ਲੋਕਡਾਊਨ ਸੀ ਜੋ ਹੁਣ 28 ਜੂਨ ਤੱਕ ਵਧਾ ਦਿੱਤਾ ਗਿਆ ਹੈ ਪਾਤਵੱਚੇ 24 ਘੰਟਿਆਂ ਵਿੱਚ ਮਿਲੇ ਕਰੋਨਾ ਦੇ 58419 ਨਵੇਂ ਕੇਸ ਜੀਹਾਂ ਦੋਸਤ ਪਾਤਵੱਚੇ ਕਰੋਨਾ ਮਹਾਮਾਰੀ ਦੇ ਰੋਜ਼ਾਨਾ ਕੇਸਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕਰੋਨਾ ਦੇ 58419 ਨਵੇਂ ਮਾਮਲੇ ਸਾਹਮਣੇ ਆਏ ਨੇ ਜਦੋਂ ਕਿ 1576 ਮਰੀਜ਼ਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 2 ਕਰੋੜ 98 ਲੱਖ 81965 ਹੋ ਗਈ ਹੈ ਦੇਸ਼ਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ 729243 ਗਰਮ ਮਾਮਲੇ ਨੇ ਜਦੋਂ ਕਿ 2 ਕਰੋੜ 87 ਲੱਖ 6809 ਲੋਕਾ ਠੀਕ ਹੋ ਗਏ ਨੇ ਤੇ ਦੇਸ਼ ਵਿੱਚ ਹੁਣ ਤੱਕ 186713 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਟਕਪੂਰਾ ਗੋਲੀਕਾਂਡ 22 ਜੂਨ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣਗੇ ਵੱਡੇ ਬਾਦਲ ਪੰਜਾਬ ਦੇ ਬਹੁਤ ਚਰਚਿਤ ਕੋਰਕਪੁਰਾ ਗੋਲੀਕੰਨ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਨਕਿ ਐਸ ਆਈ ਟੀ ਸਾਹਮਣੇ ਪੇਸ਼ ਹੋਣਗੇ ਇਸ ਗੱਲ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਖ ਸਲਾਹਕਰ ਹਰਚਰਨ ਬੈਸ ਨੇ ਟਵਿੱਟਰ ਰਾਹੀਂ ਮੀਡੀਆ ਨੂੰ ਦਿੱਤੀ ਇੱਕ ਟਵੀਟ ਰਾਹੀਂ ਉਹਨਾਂ ਕਿਹਾ ਕਿ ਵੱਡੇ ਵੱਲ ਆਪਣੇ ਅਧਿਕਾਰਿਕ ਵਿਧਾਇਕ ਨਿਵਾਸ ਉਹ ਵਿੱਚ ਹੀ ਐਸਆਈਟੀ ਸਾਹਮਣੇ ਪੇਸ਼ ਹੋਣਗੇ ਉਹਨਾਂ ਕਿਹਾ ਹੈ ਕਿ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਦੇ ਬਦਲ 22 ਜੂਨ ਸਵੇਰੇ 10:30 ਵਜੇ ਚੰਡੀਗੜ੍ਹ ਦੇ ਸੈਕਟਰ 4 ਵਿੱਚ ਆਪਣੇ ਸਰਕਾਰੀ ਐਮਐਲਏ ਫਲੈਟ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਪੰਜਾਬ ਸਕੂਲ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਵਾਂ ਰੱਦ ਜੀਹਾਂ ਦੋਸਤੋ ਸਕੂਲ ਸਿੱਖਿਆ ਮੰਤਰੀ ਵਿਜੇਂਦਰ ਸਿੰਘ ਲਾਨੀ ਸਨੇਚਰਵਾਰ ਨੂੰ ਐਲਾਨ ਕਰਦੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਕੋਵਿਡ ਮਹਾਮਾਰੀ ਦੇ ਚੱਲਦਿਆਂ 12ਵੀਂ ਜਮਾਤ ਦੀਆਂ ਸਾਰੀਆਂ ਪ੍ਰੀਖਿਆਵਾਂ 'ਵਾਂ ਰੱਦ ਕਰ ਦਿੱਤੀਆਂ ਨੇ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ CBSE ਵੱਲੋਂ ਅਪਣਾਏ ਜਾਣ ਵਾਲੇ ਫਾਰਮੂਲੇ ਦੇ ਆਧਾਰ ਤੇ ਹੀ ਨਤੀਜਾ ਐਲਾਨਿਆ ਜਾਵੇਗਾ ਸਿੰਘਲੇ ਨੇ ਕਿਹਾ ਕਿ ਇਸ ਸਮੇਂ ਦੀ ਲੋਰਜ਼ੀ ਇਮਤਿਹਾਨਾਂ ਬਾਰੇ ਤੁਕਮਾ ਫੈਸਲਾ ਲਿਆ ਜਾਵੇ ਕਿਉਂਕਿ ਉਚੇਰੀ ਸਿੱਖਿਆ ਵਾਲੀ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਤੇ ਉਹਨਾਂ ਦੇ ਮਾਪੇ ਦੋਵੇਂ ਬਹੁਤ ਚਿੰਤਤ ਸਨ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2020-21 ਦੇ ਵਿਦਿਅਕ ਸੈਸ਼ਨ ਦੌਰਾਨ 3,08,000 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 12ਵੀਂ ਜਮਾਤ ਵਿੱਚ ਦਾਖਲਾ ਲਿਆ ਸੀ ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇ ਚੱਲਦਿਆਂ ਚੁਣੌਤੀਆਂ ਦੇ ਮੱਦੇਨਜ਼ਰ ਸਿੱਖਿਆ ਬੋਰਡ ਲਈ ਇਮਤਿਹਾਨ ਲੈਣੇ ਸੰਭਵ ਨਹੀਂ ਨਹੀਂ ਹੋਣਾ ਕਿ ਹੈ ਕਿ ਅਪਣਾਏ ਗਏ ਫਾਰਮੂਲੇ ਅਨੁਸਾਰ ਸਕੂਲ ਸਿੱਖਿਆ ਬੋਰਡ ਕਰਵਾ 10ਵੀਂ 11ਵੀਂ 12ਵੀਂ ਜਮਾਤਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ 30 ਅਨੁਪਾਤ 30 ਅਨੁਪਾਤ ਚੱਲਦੇ ਅਨੁਪਾਤ ਨਾਲ ਨਤੀਜਾ ਤਿਆਰ ਕੀਤਾ ਜਦੋਂ ਕਿ ਜਾਣੀ ਕਿ ਜਿਹੜੇ 10ਵੀਂ ਦੇ ਨੰਬਰ ਸੀ ਉਸ ਵਿੱਚੋਂ 30% ਨੰਬਰ ਲੈ ਜਾਣਗੇ ਤੇ ਜਿਹੜਾ 11ਵੀਂ ਦਾ ਸੀਗਾ ਜੀ ਰਿਜ਼ਲਟ ਤੁਹਾਡਾ ਉਸ ਵਿੱਚੋਂ ਵੀ 30% ਨੰਬਰ ਲੈ ਜਾਣਗੇ ਤੇ ਜਿਹੜਾ 12ਵੀਂ ਦਾ ਰਿਜ਼ਲਟ ਜਿਸ ਤਰੀਕੇ ਨਾਲ ਕੱਢਾ ਜਾਵੇਗਾ ਉਹ ਜਿਹੜੇ ਤੁਹਾਡੇ ਮੰਥਲੀ ਟੈਸਟ ਹੋਇਆ ਜੀ ਉਸ ਦੇ ਅਨੁਪਾਤ ਨਾਲ 40 ਦੇ ਅਨੁਪਾਤ ਨਾਲ ਜਿਹੜਾ ਤੁਹਾਡਾ ਰਿਜ਼ਲਟ ਤਿਆਰ ਕੀਤਾ ਜਾਵੇਗਾ ਛੇ ਤੋਂ 8 ਹਫ਼ਤੇ ਵਿੱਚ ਆ ਸਕਦੀ ਹੈ ਤੀਸਰੀ ਲਹਿਰ ਜੀ ਹਾਂ ਦੋਸਤੋ ਏਮ ਦੇ ਦੇਨ ਏਮ ਜਿਹਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਇਸ ਨਿਚਰਬਾਦ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤੇ ਭੀੜ ਨੂੰ ਨਾ ਰੋਕੇ ਗਿਆ ਤਾਂ ਅਗਲੇ ਛੇ ਤੋਂ 8 ਹਫ਼ਤਿਆਂ ਵਿੱਚ ਕਰੋਨਾ ਦੀ ਤੀਸਰੀ ਲਹਿਰ ਦੇਸ਼ ਵਿੱਚ ਦਸਤਕ ਦੇ ਸਕਦੀ ਹੈ ਗੁਲੇਰੀਆ ਨੇ ਕਿਹਾ ਕਿ ਜਦ ਤੱਕ ਵੱਡੇ ਗਿਣਤੀ ਵਿੱਚ ਆਬਾਦੀ ਦਾ ਟੀਕਾਕਰਨ ਨਹੀਂ ਹੋ ਜਾਂਦਾ ਉਦੋਂ ਤੱਕ ਕਰੋਨਾ ਸੰਬੰਧੀ ਨਿਯਮਾਂ ਦੀ ਹਰ ਹਾਲ ਵਿੱਚ ਪਾਲਣਾ ਕਰਨੀ ਜ਼ਰੂਰੀ ਹੈ ਉਹਨਾਂ ਨੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਣ ਤੇ ਸਖਤ ਨਿਗਰਾਨੀ ਅਤੇ ਖੇਤਰ ਵਿੱਚ ਵਿਸ਼ੇਸ਼ ਤਾਲਾ ਬੰਦ ਦੀ ਜ਼ਰੂਰਤ ਤੇ ਜ਼ੋਰ ਦੇਤਾ ਕੁਲੇਰੀਆ ਨੇ ਇਹ ਵੀ ਦੁਹਰਾਇਆ ਕਿ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਗਲੀ ਲਹਿਰ ਵਿੱਚ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ ਕੈਨੇਡਾ ਦੇ ਪੰਜਾਬੀਆਂ ਦਾ ਰਾਜ অন্ਟਾਰੀਓ ਚ ਤਿੰਨ ਹੋਰ ਪੰਜਾਬੀ ਬਣੇ ਕੈਬਨਟ ਮੰਤਰੀ ਕੈਨੇਡਾ ਦੇ অন্ਟਾਰੀਓ ਸੂਬੇ ਦੀ ਕੈਬਨਟ ਚ ਤਿੰਨ ਹੋਰ ਪੰਜਾਬੀ ਮੂਲ ਦੇ ਆਗੂਆਂ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ অন্ਟਾਰੀਓ ਚ অন্ਟਾਰੀਓ ਦੇ ਪ੍ਰੀਮੀਅਰ ਡੋ ਫੋਰ ਨੇ ਆਪਣੇ ਮੰਤਰੀ ਮੰਡਲ ਚ ਫੇਰ ਬਦਲ ਕੀਤੇ ਸੂਬੇ ਚ ਅਗਲੇ ਬਾਰੇ ਜੂਨ ਵਿੱਚ ਚੋਣਾਂ ਹੋਣ ਵਾਲੀਆਂ ਨੇ ਇਸ ਤੋਂ 1 ਸਾਲ ਪਹਿਲਾਂ ਮੰਤਰੀ ਮੰਡਲ ਵਿੱਚ ਵੱਡਾ ਬਦਲਾਅ ਕੀਤਾ ਗਿਆ ਪਿਛਲੇ ਮੰਤਰੀ ਮੰਡਲ ਵਿੱਚ ਭਾਰਤੀ ਕੈਨੇਡੀਅਨ ਪ੍ਰਭੀਤ ਸਰਕਾਰੀਆਂ ਤੀਨ ਉਤਰਕੀ ਦੇ ਕੇ ਖਜ਼ਾਨਾ ਬੋਰਡ ਦਾ ਮੁੱਖ ਮੰਤਰੀ ਬਣਾਇਆ ਗਿਆ ਇਨ ਤੋਂ ਇਲਾਵਾ ਪਰਮਗਿੱਲ ਅਤੇ ਨੀਨਾ ਟਾਂਗਰੀ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ ਜੋ ਕਿ ਪੰਜਾਬੀ ਲਈ ਬਹੁਤ ਹੀ ਵੱਡੀ ਕੁਛ ਖ਼ਬਰ ਦੀ ਗੱਲ ਹੈ ਪਾਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ ਜੀਹਾਂ ਦੋਸਤੋ ਆਜਮਾਦਮੀ ਪਾਰਟੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕੀਦੇ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਸਿਰਫ ਆਮ ਆਦਮੀ ਪਾਰਟੀ ਹੀ ਇੱਕ ਮੀਰ ਹੈ ਤੇ ਮਿਲਦੇ ਹਾਂ ਕੱਲ ਅੰਮ੍ਰਿਤਸਰ ਵਿਖੇ ਯਾਨੀ ਕਿ ਉਹ ਅੱਜ ਅੰਮ੍ਰਿਤਸਰ ਵਿਖੇ ਸਭ ਤੋਂ ਪਹਿਲਾਂ ਆਉਣਗੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਆਈ.ਡੀ. ਕਵਰ ਵਿਜੇਪ੍ਰਤਾਪ ਸਿੰਘ ਫੇਸ਼ ਸ਼ਰੀਆ ਮਸਰ ਵੇਖਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਆਉਣਗੇ ਇਸ ਲਈ ਇਸ ਨਾਲ ਸਿਆਸੀ ਗਲਿਆਰਾਂ ਵਿੱਚ ਚਰਚਾ ਛਿੜ ਗਈ ਹੈ ਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੈ ਕੇ ਚਰਚਾ ਵੀ ਕੀਤੀ ਜਾਵੇਗੀ ਤਾਂ ਦੋਸਤੋ ਇੱਥੇ ਗਿਆ ਆਪਣੀਆਂ ਅੱਜ ਦੇਣ ਪਰਡੀਆਂ ਵੱਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸਨ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾਈ ਧੰਨਵਾਦ ਸਤਿ ਸ਼੍ਰੀ ਅਕਾਲ